ਦੇ ਵਿੱਚ ਮੈਂ ਆਪਣੀ ਨਵੀਂ ਵੀਡੀਓ ਲੈ ਕੇ ਆ ਰਿਹਾ, ਜੋ ਕਿ ਹੈ ਬਵਾਸੀਰ ਦੀ ਬਿਮਾਰੀ ਦੇ ਨਾਲ ਸੰਬੰਧਿਤ। ਬਵਾਸੀਰ ਇੱਕ ਬਹੁਤ ਹੀ ਭਿਆਨਕ ਰੋਗ, ਇਹਦੇ ਬਾਰੇ ਉਹ ਕਹਿ ਸਕਦੇ ਆ ਵੀ ਜਿਸ ਤਰ੍ਹਾਂ ਲਾ ਕੇ ਸੋਈ ਜਾਂਦੇ, ਮਤਲਬ ਐਡਾ ਖਤਰਨਾਕ ਰੋਗ ਹੈ। ਜਿਹੜਾ ਬੰਦਾ ਇਸ ਨੂੰ ਭੁਗਤਦਾ ਉਸਨੂੰ ਪਤਾ ਹੈ, ਨਾ ਉਹ ਚੰਗੀ ਤਰ੍ਹਾਂ ਬਹਿ ਸਕਦਾ, ਨਾ ਉੱਠ ਸਕਦਾ, ਨਾ ਲੰਮਾ ਸਮਾਂ ਕਿਤੇ ਟਰੈਵਲ ਕਰ ਸਕਦਾ। ਅਤੇ ਜੇ ਖੂਨੀ ਬਵਾਸੀਰ ਹੈ ਅਤੇ ਸਰੀਰ ਦੇ ਵਿੱਚੋਂ ਬਲੀਡਿੰਗ ਵੀ ਇੰਨੀ ਹੋ ਜਾਂਦੀ ਵੀ ਬੰਦਾ ਅਨੀਮਿਕ ਹੋ ਜਾਂਦਾ, ਅਤੇ ਬੜੇ ਉਪਾਅ ਕਰਦਾ, ਬੜਾ ਕੁਝ ਕਰਦਾ, ਪਰ ਉਸਨੂੰ ਕੋਈ ਫਰਕ ਨਹੀਂ ਪੈਂਦਾ। ਸੋ ਅੱਜ ਦੀ ਮੇਰੀ ਵੀਡੀਓ ਉਸ ਬਿਮਾਰੀ ਨਾਲ ਸੰਬੰਧਿਤ ਹੈ, ਉਸਦੇ ਲੱਛਣਾਂ ਨਾਲ ਸੰਬੰਧਿਤ ਇੱਕ ਛੋਟੀ ਵੀਡੀਓ ਹੈ, ਇਸ ਨੂੰ ਲੰਮੀ ਨਹੀਂ ਖਿੱਚਾਂਗਾ, ਅਤੇ ਉਸਦਾ ਇਲਾਜ ਕੀ ਹੈ ਉਸਦੇ ਬਾਰੇ ਵਿੱਚ। ਸੋ ਬਵਾਸੀਰ ਕਿਵੇਂ ਹੁੰਦੀ ਹੈ? ਖੁਰਾਕ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਵਾਲੇ ਆਟੇ ਦੀ ਜ਼ਿਆਦਾ ਵਰਤੋਂ, ਅਤੇ ਭੋਜਨ ਵਿੱਚ ਸਲਾਦ ਦੀ ਵਰਤੋਂ ਨਾ ਕਰਨੀ, ਫਾਈਬਰਸ ਚੀਜ਼ਾਂ ਨਾ ਲੈਣੀਆਂ, ਪਾਣੀ ਬਹੁਤ ਘੱਟ ਪੀਣਾ, ਅਚਾਰ ਮੁਰੱਬੇ ਚਟਣੀਆਂ ਦੀ ਜ਼ਿਆਦਾ ਵਰਤੋਂ, ਤਲਿਆ ਮੈਦਾ ਬੇਸਣ ਇਹਨਾਂ ਨਾਲ ਬਣੀਆਂ ਚੀਜ਼ਾਂ ਜਾਂ ਭਾਰੀਆਂ ਚੀਜ਼ਾਂ ਦੀ ਜ਼ਿਆਦਾ ਚਿਰ ਵਰਤੋਂ, ਉਹਨਾਂ ਨਾਲ ਕਬਜ਼ ਬਣੀ ਰਹਿੰਦੀ, ਅਤੇ ਜਦੋਂ ਕਬਜ਼ ਥੋੜ੍ਹਾ ਚਿਰ ਬਣੀ ਰਹਿੰਦੀ ਉਹਦਾ ਕੋਈ ਉਪਾਅ ਨਾ ਕਰਨਾ, ਅਤੇ ਲੰਮਾ ਸਮਾਂ ਲੈ ਕੇ ਇਹੋ ਬਿਮਾਰੀ, ਕਿਉਂਕਿ ਭੋਜਨ ਮਲ ਨੂੰ ਬਾਹਰ ਕੱਢਣ ਵਿੱਚ ਸਰੀਰ ਨੂੰ ਜ਼ੋਰ ਲੱਗਦਾ, ਅਤੇ ਉਸ ਤੋਂ ਇੱਕ ਜਨਮ ਬਣ ਲੈਂਦੀ ਹੈ ਬਿਮਾਰੀ ਜਿਸ ਨੂੰ ਬਵਾਸੀਰ ਕਿਹਾ ਜਾਂਦਾ। ਕਈ ਲੋਕਾਂ ਵਿੱਚ ਖਾਨਦਾਨੀ ਵੀ ਹੁੰਦੀ ਹੈ, ਜੋ ਕਿ ਉਹਨਾਂ ਦੇ ਖਾਣ ਪੀਣ ਦੀਆਂ ਸਭ ਆਦਤਾਂ ਦੇ ਕਾਰਨ ਵੀ ਇੱਕ ਕਾਰਨ ਹੋ ਸਕਦਾ, ਪਰ ਇਹ ਬਿਮਾਰੀ ਹੈ ਖਤਰਨਾਕ ਬਿਮਾਰੀ ਬਵਾਸੀਰ। ਸੋ ਹੁਣ ਗੱਲ ਕਰਾਂਗੇ ਇਸ ਦੇ ਲੱਛਣ ਕੀ ਹੈ। ਮਲ ਦੁਆਰ ਦੇ ਉਸ ਜਗ੍ਹਾ 'ਤੇ ਜਲਨ, ਖਾਰਿਸ਼, ਖੂਨ ਦਾ ਆਉਣਾ, ਖੂਨੀ ਬਵਾਸੀਰ ਦੇ ਵਿੱਚ ਬਹੁਤ ਜ਼ਿਆਦਾ ਸਾੜ ਪੈਣਾ, ਤੁਸੀਂ ਕਈ ਇੱਕ ਜਗ੍ਹਾ 'ਤੇ ਕੇ ਬਹਿ, ਇਹ ਇਸ ਦੇ ਲੱਛਣ ਹੁੰਦੇ ਨੇ। ਸੋ ਹੋਰ ਵੀ ਅਲੱਗ ਅਲੱਗ ਲੱਛਣ ਤੁਹਾਨੂੰ ਮੈਂ ਦੱਸਿਆ, ਅੱਜ ਮੈਂ ਵੀਡੀਓ ਸ਼ੋਰਟ ਰੱਖਾਂਗਾ, ਪਰ ਜੋ ਉਪਾਅ ਦੱਸਾਂਗਾ ਉਹ ਬਿਲਕੁਲ ਸਟੀਕ ਨੇ, ਤੁਸੀਂ ਉਹਨਾਂ ਨੂੰ ਵਰਤੋਂ ਕਰਨਾ, ਮੇਰੀ ਇਸ ਵੀਡੀਓ ਨੂੰ ਵਟਸਐਪ 'ਤੇ ਵੀ ਸ਼ੇਅਰ ਕਰਨਾ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਜਿਨ੍ਹਾਂ ਨੂੰ ਇਸ ਦੀ ਲੋੜ ਇਹ ਪਹੁੰਚ ਸਕੇ। ਜੇ ਵੀਡੀਓ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਮੇਰੇ ਨੰਬਰ 'ਤੇ ਵਟਸਐਪ ਕਰ ਸਕਦੇ, ਮੈਂ ਤੁਹਾਨੂੰ ਇਹ ਵੀਡੀਓ ਸੈਂਡ ਕਰ ਸਕਦਾ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਅਤੇ ਇਸ ਵੀਡੀਓ ਨੂੰ ਤੁਸੀਂ ਮੇਰੇ ਯੂਟੀਊਬ ਚੈਨਲ ਕ੍ਰਾਂਤੀ ਸੈਣੀ 'ਤੇ ਜਾ ਕੇ ਵੀ ਵੇਖ ਸਕਦੇ ਜੇ, ਅਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਸਕਦੇ। ਸੋ ਹੁਣ ਆਪਾਂ ਗੱਲ ਕਰਾਂਗੇ ਇਸ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਹੈ। ਸੋ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਉਹ ਗੱਲ ਜਿਵੇਂ ਰੰਗ ਕਾਰਡ ਝੋਨੀਆਂ ਦਾ ਕਰਦੇ, ਨਵਾਂ ਰੰਗ ਚੜ੍ਹਾਉਣ ਤੋਂ ਪਹਿਲਾਂ ਇਸ ਤਰ੍ਹਾਂ ਆਪਾਂ ਸਰੀਰ 'ਚੋਂ ਆਪਾਂ ਡੀਟੋਕਸੀਫਿਕੇਸ਼ਨ ਕਰਨੀ ਆ, ਪੇਟ ਨੂੰ ਸਾਫ਼ ਕਰਨਾ। ਸੋ ਤੁਸੀਂ ਤੇਜ਼ ਜਲਾਬ ਵੀ ਲੈ ਸਕਦੇ ਜੇ ਬਹੁਤ ਜ਼ਿਆਦਾ ਕਬਜ਼ ਆ, ਕਾਇਮ ਚੂਰਨ ਵੀ ਲੈ ਸਕਦੇ ਜੇ, ਜਾਂ ਤ੍ਰਿਫਲਾ ਚੂਰਨ ਇੱਕ ਚਮਚਾ ਰਾਤ ਨੂੰ ਇੱਕ ਗਲਾਸ ਕੋਸੇ ਪਾਣੀ ਦੇ ਨਾਲ ਸੌਣ ਲੱਗਿਆ ਲੈ ਲੈਣਾ, ਅਤੇ ਸਵੇਰੇ ਪੇਟ ਸਾਫ਼ ਹੋ ਜਾਏਗਾ। ਇਹ ਚੀਜ਼ 3 ਦਿਨ ਲਗਾਤਾਰ ਕਰਕੇ ਉਸ ਤੋਂ ਬਾਅਦ ਦਵਾਈ ਆਪਾਂ ਸ਼ੁਰੂ ਕਰਨੀ ਹੈ। ਜਾਂ ਦੂਜਾ ਤਰੀਕਾ, ਇਸਬਗੋਲ ਦਾ ਛਿਲਕਾ 1 ਚਮਚਾ ਪਾਣੀ ਵਿੱਚ 1 ਗਲਾਸ ਪਾਣੀ ਵਿੱਚ ਭਿਉਂ ਦੇਣਾ, 1/2 ਘੰਟੇ ਬਾਅਦ ਉਸਨੂੰ ਪੀ ਲੈਣਾ, ਰਾਤ ਨੂੰ ਸੌਣ ਲੱਗਿਆ ਸਵੇਰੇ ਪੇਟ ਸਾਫ਼ ਹੋ ਜਾਏਗਾ। ਇਹ 3 ਜਾਂ 4 ਦਿਨ ਕਰਨਾ, ਉਸ ਤੋਂ ਬਾਅਦ ਆਪਾਂ ਕਰਾਂਗੇ ਆਪਣੀ ਦਵਾਈ ਸ਼ੁਰੂ। ਅਤੇ ਦਵਾਈ ਨੂੰ ਜਦੋਂ ਤੱਕ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਉਦੋਂ ਚਿਰ ਤੱਕ ਇਸਤੇਮਾਲ ਕਰਨਾ। ਜੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ, ਕਿਉਂਕਿ ਕਈ ਬੰਦਿਆਂ ਦੀਆਂ ਅਲੱਗ ਅਲੱਗ ਕੰਡੀਸ਼ਨਸ ਹੁੰਦੀਆਂ ਨੇ। ਸੋ ਜਿੰਨੀਆਂ ਵੀ ਮੈਂ ਦਵਾਈਆਂ ਦੱਸੂੰਗਾ, ਚਾਹੇ ਉਹ ਬਾਜ਼ਾਰੋਂ ਬਣੀਆਂ ਬਣਾਈਆਂ ਮਿਲਦੀਆਂ ਨੇ, ਉਹ ਰੈਡੀ ਆਯੁਰਵੈਦਿਕ ਪ੍ਰੋਪਰਟੀ ਮੈਡੀਸਨ ਨੇ, ਕੁਝ ਚੀਜ਼ਾਂ ਤੁਸੀਂ ਆਪ ਵੀ ਬਣਾ ਸਕਦੇ। ਇੱਕ ਨੁਸਖਾ ਦੱਸੂੰਗਾ ਜੋ ਤੁਸੀਂ ਬਣਾ ਕੇ ਲੋਕਾਂ ਨੂੰ ਗੱਲ ਕਰਾਂਗੇ। ਜਿਹੜੇ ਨੁਸਖੇ ਮੈਂ ਤੁਹਾਨੂੰ ਦੱਸਣ ਜਾ ਰਿਹਾ, ਜੋ ਇਲਾਜ ਦੱਸ ਰਿਹਾ, ਖੂਨੀ ਬਵਾਸੀਰ, ਬਾਦੀ ਬਵਾਸੀਰ, ਮੌਕਿਆਂ ਵਾਲੀ ਬਵਾਸੀਰ, ਜਾਂ ਕਈ ਜਣਿਆਂ ਨੂੰ, ਕਈ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਜਦੋਂ ਕਿਸੇ ਟਰੈਵਲ ਕਰਦੇ, ਮੋਟਰਸਾਈਕਲ, ਕਾਰ 'ਚ ਜ਼ਿਆਦਾ ਚਿਰ ਬੈਠਦੇ, ਜਾਂ ਸੀਟ 'ਤੇ ਬੈਠਦੇ, ਉਹਨਾਂ ਸਾੜ ਪੈਂਦੀ, ਜਾਂ ਤਰ੍ਹਾਂ ਦੀ ਪ੍ਰੋਬਲਮ ਆਉਂਦੀ, ਸਾਰਿਆਂ 'ਤੇ ਬਰਾਬਰ ਤਰੀਕੇ ਨਾਲ ਕੰਮ ਕਰੇਗੀ। ਬਸ ਤੁਸੀਂ ਵਾਹਿਗੁਰੂ ਦਾ ਨਾਂ ਲੈ ਕੇ ਦਵਾਈ ਦੀ ਸ਼ੁਰੂ ਕਰਨਾ, ਪ੍ਰੋਪਰ ਤਰੀਕੇ ਨਾਲ ਖਾਣਾ, ਅਤੇ ਇਲਾਜ ਦੌਰਾਨ ਕਬਜ਼ ਨਹੀਂ ਹੁੰਦੇ ਨਹੀਂ। ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਕਬਜ਼ ਤੁਸੀਂ ਆਪਣੇ 3-4 ਦਿਨ ਕੋਈ ਚੂਰਨ ਲੈ ਕੇ, ਉਸ ਤੋਂ ਬਾਅਦ ਪੇਟ ਸਾਫ਼ ਕਰ ਲਿਆ, ਉਸ ਤੋਂ ਬਾਅਦ ਆਪਾਂ ਇਲਾਜ ਸ਼ੁਰੂ ਕਰਾਂਗੇ। ਇਲਾਜ ਸ਼ੁਰੂ ਕਰਨ ਤੋਂ ਕਰਨ ਵੇਲੇ ਵੀ ਇਸ ਗੱਲ ਦਾ ਧਿਆਨ ਰੱਖਣਾ ਵੀ ਇਸ ਸਮੇਂ ਦੇ ਦੌਰਾਨ ਬੈਂਗਣ ਜਾਂ ਜਦੋਂ ਆਪਾਂ ਬਤਾਊ ਕਹਿ ਦਿੰਦੇ, ਉਹਦਾ ਸਬਜ਼ੀ ਕਿਸੇ ਤਰੀਕੇ ਕੋਲ ਭੜਥਾ ਜਾਂ ਦੂਜੀ ਸਬਜ਼ੀ ਨਹੀਂ ਖਾਣੀ, ਅਰਹਰ ਦੀ ਦਾਲ ਨਹੀਂ, ਹਰੀ ਮਿਰਚ, ਲਾਲ ਮਿਰਚ, ਇਹਨਾਂ ਦਾ ਪਰਹੇਜ਼, ਚਾਹ, ਕੌਫੀ ਅਤੇ ਤਲੀਆਂ ਚੀਜ਼ਾਂ, ਵੈਸਣ ਵਾਲੀਆਂ ਅਤੇ ਤਲੀਆਂ ਮੇਦੇ ਵਾਲੀਆਂ ਚੀਜ਼ਾਂ, ਇਹਨਾਂ ਦਾ ਪਰਹੇਜ਼ ਰੱਖਣਾ, ਖੁੱਲ੍ਹ ਕੇ ਪਾਣੀ ਪੀਣਾ ਅਤੇ ਇਲਾਜ ਸ਼ੁਰੂ ਕਰਨਾ। ਸਭ ਤੋਂ ਪਹਿਲਾਂ ਤੁਸੀਂ ਲੈਣੀ ਅੰਜੀਰ। ਹਾਂਜੀ, ਅੰਜੀਰ ਸੁੱਕੀ ਲੈ ਕੇ, ਅੰਜੀਰ ਦਾ ਸੁੱਕਾ ਫਲ ਲੈ ਕੇ ਕਿਸੇ ਪੰਸਾਰੀ ਦੀ ਦੁਕਾਨ ਤੋਂ ਤੁਸੀਂ ਲੈ ਸਕਦੇ ਹੋ ਅੰਜੀਰ, ਅਤੇ ਉਸਦੇ 3 ਪੀਸ ਰਾਤ ਨੂੰ ਭਿਉਂ ਦੇਣੇ ਆ ਪਾਣੀ ਦੇ ਵਿੱਚ, ਅਤੇ ਸਵੇਰੇ ਉੱਠਦਿਆਂ ਹੀ ਉਹਨਾਂ ਨੂੰ ਖਾ ਲੈਣਾ। ਠੀਕ ਆ, ਇਸ ਤਰ੍ਹਾਂ ਸਵੇਰੇ 3 ਪੀਸ ਭਿਉਂ ਦੇਣੇ ਆ ਅਤੇ ਰਾਤ ਨੂੰ ਖਾ ਲੈਣਾ, ਅਤੇ
ਇਕੱਲੀ ਇਹ ਚੀਜ਼ ਵੀ ਬਵਾਸੀਰ ਵਿੱਚ ਬਹੁਤ ਜ਼ਿਆਦਾ ਹੈਲਪਫੁੱਲ ਆ। ਮਤਲਬ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਇਸਦੇ ਕਿੰਨੇ ਰਿਜ਼ਲਟ ਨੇ। ਤੁਸੀਂ ਇਸ ਨੂੰ ਜਦੋਂ ਇਸਤੇਮਾਲ ਕਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ। ਅਤੇ ਦੂਜਾ ਕੰਮ ਇਹ ਕਰਨਾ ਹੈ, ਜੇ ਕਈ ਲੋਕਾਂ ਨੂੰ ਪ੍ਰੋਬਲਮ ਆਉਂਦੀ ਉਹਨਾਂ ਨੂੰ ਫਲੱਸ਼ ਜਾਣ ਦੇ ਨਾਂ ਤੋਂ ਹੀ ਡਰਦੇ ਵੀ ਇੰਨਾ ਬਲੀਡਿੰਗ ਹੋਣੀ ਜਾਂ ਉਹ ਗੱਲ ਜਾਂ ਸਾਰੀ ਇਸ ਤਰ੍ਹਾਂ ਮੁਸ਼ਕਿਲ ਆਉਣੀ ਹੈ। ਸੋ ਉਹਨਾਂ ਲੋਕਾਂ ਨੇ ਇਹ ਕਰਨਾ ਵੀ ਨਾਰੀਅਲ ਲੈ ਕੇ ਕੰਪਲੀਟ ਪੂਰਾ ਨਾਰੀਅਲ ਲੈ ਕੇ ਉਸਨੂੰ ਛਿੱਲ ਲੈਣਾ ਵਾ। ਅਤੇ ਨਾਰੀਅਲ ਦਾ ਜਿਹੜਾ ਛਿਲਕਾ ਜੋ ਆਪਾਂ ਸੁੱਟਦੇ ਹਾਂ ਸੁੱਟ ਦੇਈਦਾ ਜਾਂ ਜਿਹਨੂੰ ਭਾਂਡੇ ਭੁੰਡੇ ਮਾਂਜਣ ਲਈ ਵੀ ਪਹਿਲਾਂ ਵਰਤਦੇ ਕੂਚੀ ਬਣਾ ਕੇ ਉਹਨੂੰ ਇਕੱਠਾ ਕਰਕੇ ਸਾਫ ਜਗ੍ਹਾ ਰੱਖ ਕੇ ਉਹਨੂੰ ਸਾੜ ਕੇ ਚੰਗੀ ਤਰ੍ਹਾਂ ਆਪਣੇ ਸਾੜਨ ਤੋਂ ਬਾਅਦ ਉਸਦਾ ਚੂਰਨ ਬਣਾ ਕੇ ਰੱਖ ਲੈਣਾ ਉਸਦੀ ਸਵਾਦ ਆ ਜਾਂ ਭਸਮ ਦਾ, ਠੀਕ ਹੈ। ਉਸਨੂੰ ਰਾਤ ਨੂੰ ਸੌਣ ਲੱਗਿਆ ਦਹੀਂ ਦੇ ਵਿੱਚ ਥੋੜ੍ਹਾ ਦੁੱਧ ਪਾ ਕੇ ਅਤੇ ਇਹਦਾ ਇੱਕ ਚਿਮਚਾ ਜੋ ਬਣਾਇਆ ਇਹਨੂੰ ਮਿਕਸ ਕਰਕੇ ਅਤੇ ਥੋੜ੍ਹੀ ਜਵੈਣ ਪਾ ਕੇ ਜਾਂ ਲੂਣ ਆਪਣੇ ਸਵਾਦ ਦੇ ਹਿਸਾਬ ਨਾਲ ਬਣਾ ਕੇ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਜਿਵੇਂ ਆਪਾਂ ਲੱਸੀ ਪੀਦੀ ਕੱਚੀ ਬਣਾ ਕੇ ਜਾਂ ਦਹੀਂ ਵਾਲੀ ਲੱਸੀ ਇਹਨੂੰ ਪੀਣਾ ਵਾ ਸਵੇਰੇ ਅਤੇ ਸ਼ਾਮੀ ਕਰਦਾ ਅਤੇ ਕੁਝ ਦਿਨਾਂ ਬਾਅਦ ਹੀ ਜਿਹੜਾ ਸਾੜ ਆ ਖੂਨ ਆਉਣਾ ਬਿਲਕੁਲ ਬੰਦ ਹੋ ਜਾਂਦਾ। ਮਤਲਬ ਇਹ ਸੰਨਿਆਸੀਆਂ ਦੇ ਯੋਗੀਆਂ ਦਾ ਵਰਤਿਆ ਹੋਇਆ ਤਰੀਕਾ ਜਿਹੜਾ ਉਹ ਹਜ਼ਾਰਾਂ ਸਾਲਾਂ ਤੋਂ ਵਰਤਦੇ, ਪਰ ਇਹ ਗੁਪਤ ਹੀ ਜਦੋਂ ਆਪਾਂ ਕਿਹਨੂੰ ਇਹ ਦੱਸ ਦਾਂਗੇ ਵੀ ਇਹ ਕਿਸੇ ਚੀਜ਼ ਤੋਂ ਬਣਿਆ ਉਹਦੀ ਚੀਜ਼ ਦੀ ਵੈਲਿਊ ਘੱਟ ਜਾਂਦੀ। ਪਰ ਫਿਰ ਵੀ ਮੈਂ ਤੁਹਾਨੂੰ ਦੱਸ ਰਿਹਾ ਇਸ ਨੂੰ ਇਸਤੇਮਾਲ ਕਰਨਾ। ਅੰਜੀਰ ਖਾਣੀ ਹੈ ਸਵੇਰੇ ਪਿਓ ਕੇ, ਰਾਤ ਨੂੰ, ਰਾਤ ਦੀ ਪਿਓ ਸਵੇਰੇ ਅਤੇ ਰਾਤ ਨੂੰ ਅਤੇ ਸਵੇਰੇ ਇਹ ਜਿਹੜਾ ਨਾਰੀਅਲ ਦੇ ਛਿਲਕੇ ਵਾਲਾ ਕੰਮ ਇਹ ਕਰਨਾ। ਅਤੇ ਹਿਮਾਲਿਆ ਕੰਪਨੀ ਦੀ ਇੱਕ ਬੜੀ ਵਧੀਆ ਚੀਜ਼ ਆਉਂਦੀ ਪਾਈਲੈਕਸ ਗੋਲੀਆਂ ਆਉਂਦੀਆਂ ਨੇ, ਉਹ ਖਾਣੀਆਂ ਦੋ ਗੋਲੀਆਂ ਸਵੇਰੇ, ਦੋ ਦੁਪਹਿਰੇ ਅਤੇ ਦੋ ਸ਼ਾਮੀ। ਉਹ ਆਯੁਰਵੇਦਿਕ ਨੇ ਪੂਰੇ ਤਰੀਕੇ ਨਾਲ, ਸੋ ਅੰਗਰੇਜ਼ੀ ਦਵਾਈ ਨਹੀਂ ਹੈ। ਅਤੇ ਫਲੱਸ਼ ਕਰਨ ਤੋਂ ਬਾਅਦ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਲੱਸ਼ ਵਾਲੀ ਨੂੰ ਉੱਥੇ ਪਾਈਲੈਕਸ ਟਿਊਬ ਲਾਉਣੀ ਹੈ, ਹਾਂਜੀ, ਤਾਂ ਕਿ ਉਸ ਜਗ੍ਹਾ ਦੇ ਜਿਹੜੇ ਮਸਲ ਜਾਂ ਵੇਨ ਜਿਹੜੀਆਂ ਹੈਗੀਆਂ ਉਹਨਾਂ ਦੀ ਰਿਪੇਅਰ ਪ੍ਰੋਪਰ ਤਰੀਕੇ ਨਾਲ ਹੋ ਸਕੇ। ਸੋ ਇੱਕ ਕੰਮ ਤੁਸੀਂ ਅੰਜੀਰ ਵਾਲਾ ਕਰ ਲਿਆ, ਪਾਈਲੈਕਸ ਦੇ ਨਾਲ ਨਾਰੀਅਲ ਵਾਲਾ ਕੰਮ ਕਰ ਲਿਆ, ਇਸ ਨੂੰ ਤੁਸੀਂ ਲਗਾਤਾਰ ਕਰਨਾ ਹੈ ਅਤੇ ਇਸ ਦਾ ਰਿਜ਼ਲਟ ਵੇਖਣਾ ਹੈ। ਅਤੇ ਮਤਲਬ ਇੱਕ ਮਹੀਨਾ ਨਹੀਂ ਲੱਗਦਾ, ਇੱਕ ਮਹੀਨਾ ਮੈਕਸੀਮਮ ਆ ਵੀ ਤੁਸੀਂ ਪੂਰੇ ਤਰੀਕੇ ਨਾਲ ਸਹੀ ਹੋ ਜਾਓਗੇ। ਕਿਉਂਕਿ ਜੇ ਤੁਸੀਂ ਅਪਰੇਟ ਵੀ ਕਰਾ ਲੈਂਦੇ, ਜੇ ਬਵਾਸੀਰ ਦਾ ਪਰਹੇਜ਼ ਨਹੀਂ ਰੱਖਦੇ ਫਿਰ ਵੀ ਉਹ ਲੱਛਣ ਦੁਬਾਰਾ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਪਰਹੇਜ਼ ਵੀ ਰੱਖਣਾ ਹੈ ਅਤੇ ਇਹ ਦਵਾਈ ਵੀ ਖਾਣੀ ਹੈ, ਸ਼ਰਤੀਆ ਤਰੀਕੇ ਨਾਲ ਤੁਹਾਨੂੰ ਸਹੀ ਕਰੇਗੀ। ਅਤੇ ਹੁਣ ਮੈਂ ਉਹ ਚਮਤਕਾਰੀ ਨੁਸਖਾ ਵੀ ਦੱਸਣ ਜਾ ਰਿਹਾ, ਬਹੁਤ ਆਸਾਨ ਨੁਸਖੇ ਦੱਸ ਰਿਹਾ, ਮੇਰੇ ਤੋਂ ਗੁੰਝਲਦਾਰ ਜਾਂ ਹੋਰ ਚੀਜ਼ਾਂ ਵੀ ਨੇ, ਪਰ ਮੈਂ ਇਸ ਮਾਧਿਅਮ ਰਾਹੀਂ ਇਹੋ ਕੋਸ਼ਿਸ਼ ਕਰਦਾ ਵੀ ਬਿਲਕੁਲ ਸਿੰਪਲ ਚੀਜ਼ਾਂ ਦੱਸਾਂ ਜੋ ਤੁਸੀਂ ਆਪ ਬਣਾ ਸਕੋ। ਸੋ ਇਸ ਨੁਸਖੇ ਨੂੰ ਬਣਾਉਣਾ ਹੈ, ਆਪ ਇਸਤੇਮਾਲ ਕਰਨਾ, ਜੇ ਫਾਇਦਾ ਲੱਗਦਾ ਤਾਂ ਕਿਸੇ ਨੂੰ ਲਿਖ ਕੇ ਦੇ ਦੇਣਾ ਜਾਂ ਦੇ ਦੇਣਾ ਵੰਡ ਸਕ ਕਿਸੇ ਨੂੰ, ਜੇ ਵਧਿਆ ਕਿਸੇ ਨੂੰ ਦੇ ਦੇਣਾ ਜਾਂ ਕਿਸੇ ਵੀ ਤਰੀਕੇ ਲੋਕਾਂ ਤੱਕ ਪਹੁੰਚਾਉਣਾ, ਤਾਂ ਕਿ ਇਹ ਖਤਰਨਾਕ ਬਿਮਾਰੀ ਦਾ ਜਿਹੜੀ ਚੀਜ਼ ਆ ਬਵਾਸੀਰ ਇਹਦਾ ਇਲਾਜ ਹੋ ਸਕੇ। ਸੋ ਹੁਣ ਆਪਾਂ ਨੁਸਖਾ ਸ਼ੁਰੂ ਕਰਦੇ, ਕਾਪੀ ਪੈੱਨ ਪੈਨਸਲ ਨੋਟ ਕਰ ਲੈਣਾ, ਕਾਪੀ ਪੈੱਨ ਪੈਨਸਲ ਰੱਖ ਲੈਣੀ ਹੈ ਅਤੇ ਸਾਨੂੰ ਪ੍ਰੋਪਰ ਤਰੀਕੇ ਨਾਲ ਨੋਟ, ਹਾਂਜੀ, ਉਹ ਨੋਟ ਕਰੋ। ਬਵਾਸੀਰ ਨਾਸ਼ਕ ਸਿੱਧ ਯੋਗ, ਇਸ ਦੇ ਵਿੱਚ ਸਿਰਫ ਚਾਰ ਸਿੰਪਲ ਚੀਜ਼ਾਂ ਪੈਂਦੀਆਂ ਨੇ, ਇਹਨਾਂ ਤੁਸੀਂ ਇਕੱਠੀਆਂ ਕਰਕੇ ਚੂਰਨ ਨੂੰ ਮਿਕਸ ਕਰ ਲੈਣਾ ਅਤੇ ਇਸ 'ਤੇ ਇੱਕ ਚਿਮਚਾ ਸਵੇਰੇ ਸ਼ਾਮ ਖਾਣਾ ਅਤੇ ਬਵਾਸੀਰ ਦੀ ਬਿਮਾਰੀ ਤੋਂ ਨਿਜਾਤ ਪਾ ਲੈਣੀ ਹੈ, ਹਲਕਾ ਫੀਲ ਕਰਨਾ, ਤੁਹਾਡਾ ਪੇਟ ਵੀ ਵਧੀਆ ਰਹੇਗਾ ਅਤੇ ਤੁਹਾਡੀ ਜੋ ਨੁਕਸਾਨ ਹੈ ਬਿਮਾਰੀ ਕਰ ਸਕੀ ਉਸਦੀ ਰਿਪੇਅਰ ਹੋਣੀ। ਪਰ ਸਾਰੀਆਂ ਚੀਜ਼ਾਂ ਨੂੰ ਜੋ ਮੈਂ ਦੱਸਿਆ ਇਹਨਾਂ ਨੂੰ ਤੁਸੀਂ ਸ਼ਾਮਿਲ ਕਰਨਾ ਏ ਟੂ ਜੈਡ, ਸਾਰਾ ਕੋਈ ਇੱਕਦਮ ਜੋੜਾਂਗੇ ਫਿਰ ਇਲਾਜ ਬਣਦਾ ਜੋ ਮੈਂ ਸਾਰਾ ਕੁਝ ਦੱਸਿਆ। ਸੋ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ ਔਲਿਆਂ ਦਾ ਚੂਰਨ 100 ਗ੍ਰਾਮ, ਇਸ ਤੋਂ ਬਾਅਦ ਬਕੈਨ ਦੇ ਬੀਆਂ ਦਾ ਚੂਰਨ, ਇਹ ਤੁਹਾਨੂੰ ਪੰਸਾਰੀ ਕੋਲੋਂ ਮਿਲੇਗਾ, ਬਕੈਨ ਜੋ ਆਪਣੇ ਧਰੇਕ ਵਰਗੀ ਹੁੰਦੀ ਹੈ ਛਤਰੀਦਾਰ ਬਕੈਨ, ਉਸ 'ਤੇ ਬੀਆਂ ਦਾ ਚੂਰਨ ਉਹ ਤੁਸੀਂ ਲੈਣਾ ਹੈ 100 ਗ੍ਰਾਮ। ਉਸ ਤੋਂ ਬਾਅਦ ਛੋਟੀ ਹਰੜ ਦਾ ਚੂਰਨ ਲੈਣਾ ਹੈ 200 ਗ੍ਰਾਮ ਦੀ ਮਾਤਰਾ 'ਤੇ, ਬੇਲਗਿਰੀ ਦਾ ਜਾਂ ਬੇਲ ਦਾ ਚੂਰਨ, ਬੇਲ ਇੱਕ ਫਲ ਹੁੰਦਾ ਜੋ ਆਪ, ਠੀਕ ਹੈ, ਬੇਲ ਦਾ ਚੂਰਨ ਲੈਣਾ 100 ਗ੍ਰਾਮ। ਇਹਨਾਂ ਚਾਰਾਂ ਨੂੰ ਮਿਕਸ ਕਰਕੇ ਇੱਕ ਚਮਚਾ ਸਵੇਰੇ ਅਤੇ ਇੱਕ ਚਮਚਾ ਰਾਤ ਨੂੰ ਲੈਣਾ ਹੈ, ਅਤੇ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਜਿਹੜੇ ਇਸ ਬਿਮਾਰੀ ਤੋਂ ਨਿਜਾਤ ਮਿਲ ਜਾਏਗਾ, ਜੋ ਇਸਦੇ ਲੱਛਣ ਹੈ ਉਹਨਾਂ ਤੋਂ ਨਿਜਾਤ ਮਿਲੇਗਾ। ਤੁਸੀਂ ਸਹੀ ਮਹਿਸੂਸ ਕਰੋਗੇ, ਤੁਸੀਂ ਖੁਸ਼ ਮਹਿਸੂਸ ਕਰੋਗੇ, ਅਤੇ ਮੈਨੂੰ ਆਸ ਜਦੋਂ ਖੁਸ਼ ਮਹਿਸੂਸ ਕਰੋਗੇ ਤਾਂ ਮੇਰੀ ਵੀਡੀਓ ਨੂੰ ਵੀ ਸ਼ੇਅਰ ਕਰੋਗੇ ਵੱਧ ਤੋਂ ਵੱਧ ਲੋਕਾਂ ਤੱਕ, ਅਤੇ ਮੈਨੂੰ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰੋਗੇ। ਸੋ ਹੁਣ ਤੱਕ ਲਈ ਤੁਹਾਡਾ ਸ਼ੁਕਰੀਆ। ਅਗਲੀ ਵੀਡੀਓ ਕਿਸ ਚੀਜ਼ 'ਤੇ ਹੋਵੇ ਇਸ ਬਾਰੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ, ਮੇਰੇ ਨੰਬਰ ਡਿਸਪਲੇ ਹੋ ਰਹੇ ਨੇ। ਸਤਿ ਸ਼੍ਰੀ ਅਕਾਲ।